ਵੈਲਕਮ ਜੀ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਅਤੇ ਅੱਜ ਯਾਰ ਆਈ ਜਾਂਦਾ ਹੁਣ ਮੀਂਹ ਕਣਕਾਂ ਡਿੱਗੀ ਜਾਂਦੀਆਂ, ਅਤੇ ਹੁਣ ਆਪਾਂ ਬਣਾਉਣੇ ਸ਼ਾਰਟ ਵੀਡੀਓ, ਉਹ ਦੇਖ ਲਓ ਯੂਟਿਊਬ 'ਤੇ ਜਾ ਕੇ। ਅਤੇ ਹੁਣ ਬਣਾਉਣੇ ਸ਼ਾਰਟ ਵੀਡੀਓ 'ਤੇ ਆਪਣਾ ਮੁੰਡਾ ਬੈਠਾ ਇੱਕ, ਆਹ ਕੀ ਕਰਾਂਗੇ ਓਏ ਵੀਡੀਓ। ਅਤੇ ਮੁੰਡਾ ਮੀਂਹ ਆਈ ਜਾਂਦਾ ਹੈਗਾ, ਤੁਹਾਨੂੰ ਦਿਖਾਈ ਦਿੰਦੇ ਹਾਂ, ਹਟ ਜਾਓ। ਆਹ ਦੇਖੋ ਯਾਰ ਕਾਲੇ ਕਾਲੇ ਬੱਦਲ ਜੇ ਹੋਏ ਪਏ ਨਾ, ਅਤੇ ਮੀਂਹ ਸਰਾ ਆਈ ਜਾਂਦਾ, ਸਕੂਲੋਂ ਆਇਆ ਸੀਗਾ ਮੈਂ ਤਾਂ ਮਿੱਤਰੋ, ਅਤੇ ਆਹ ਵੀ ਮੇਰੇ ਨਾਲ ਹੀ ਪੜ੍ਹਦਾ ਮੁੰਡਾ। ਅਤੇ ਆਹ ਦੇਖੋ ਤੁਹਾਨੂੰ ਸ਼ੀਸ਼ੇ 'ਚ ਨਹੀਂ ਆਊਗਾ, ਕਾਹ ਖੜੀ ਹੋਈ ਗੱਡੀ ਵੀ ਸਾਡੇ ਰਿਸ਼ਤੇਦਾਰ ਆਏ ਹੋਏ ਆ, ਅਤੇ ਉਹਨਾਂ ਨਾਲ ਤਾਂ ਤੁਹਾਨੂੰ ਕੀ ਬਣਾਉਣਾ ਯਾਰ, ਫਿਰ ਐਵੇਂ ਭੈੜੇ ਲੱਗਦੇ, ਵੀਡੀਓ ਬਣਾਉਂਦੇ ਵੀ ਭੈੜੇ ਲੱਗਦੇ ਆ। ਅਤੇ ਮੌਸਮ ਚੈੱਕ ਕਰੋ, ਖੜ ਜਾਓ, ਮੈਂ ਚੱਪਲਾਂ ਵਾਲਾ ਉਧਰਲੇ ਪਾਸੇ ਪਈਆਂ। ਅਤੇ ਯਾਰ ਮਿੱਤਰੋ ਮੀਂਹ ਤਾਂ ਵੀ ਹਨੇਰੀ ਚੱਲ ਪਈ, ਆਹ ਦੇਖੋ ਤੁਸੀਂ ਸਫੈਦਾ ਆਪਣਾ, ਅਤੇ ਯਾਰ ਇੱਧਰ ਗੱਡੀਆਂ ਆਪਣਾ ਸਾਈਕਲ ਖੜਾ, ਅਤੇ ਮੀਂਹ ਆਈ ਜਾਂਦਾ ਹੈਗਾ, ਆਹ ਦੇਖੋ ਪੂਰੇ ਆਈ ਜਾਂਦਾ, ਤੁਹਾਨੂੰ ਸਹੀ ਨਹੀਂ ਦਿੰਦਾ। ਹੁਣ ਇੱਧਰ ਦੇਖੋ, ਤੁਹਾਨੂੰ ਬਾਹਰ ਜਾ ਕੇ ਦਿਖਾਉਣੇ ਆ, ਬਾਹਰ ਖੁੱਲ੍ਹ ਗਏ ਮਿੱਤਰੋ, ਅਤੇ ਇੱਧਰ ਦੇਖ ਸਕਦੇ ਹੋ ਤੁਸੀਂ ਵੀ ਬਹੁਤ ਹੀ ਵਾਹਵਾ ਮੀਂਹ ਪੈ ਰਿਹਾ, ਪੂਰੀ ਸਰੇ ਲੱਗ ਰਹੀ ਹੈ, ਨਜ਼ਾਰੇ ਹੀ ਆ ਗਿਆ। ਆਹ ਦੇਖੋ ਬੱਦਲ, ਆ ਇੱਧਰ ਦੇਖੋ ਬੱਦਲ, ਦੇਖ ਕਾਲੇ ਕਿੰਨੇ ਦਿਨ ਦੀਦੇ ਆ। ਅਤੇ ਕੀ ਸਲਾਹ ਫਿਰ ਗੱਲਬਾਤ ਸਰ ਹੈ, ਪੂਰੀ ਐਂਡ ਕਰ ਰੱਖੀ ਐਂਡ, ਅਤੇ ਪਿੱਛੇ ਵੱਢੀ ਜਾਂਦੀ ਸੀਗੀ ਮੱਕੀ, ਉਹ ਸਾਨੂੰ ਬੰਦੇ ਦੀਵੇ ਹੋਣਗੇ ਤੁਰੇ ਆਉਂਦੇ, ਉਹ ਆਉਂਦੇ ਬੰਦੇ ਤੁਰੇ ਆਉਂਦੇ ਹੈਗੇ, ਅਤੇ ਦੇਖ ਸਕਦੇ ਹੋ ਮੀਂਹ ਦਾ ਕਰਕੇ ਭੱਜਲੇ ਹੋਣਗੇ। ਅਤੇ ਚਲੋ ਕੋਈ ਨਾ, ਆਪਾਂ ਵੀ ਵੜਦੇ ਹਾਂ ਕਰਾਂ ਕਮਰੇ 'ਚ ਯਾਰ, ਮੀਂਹ ਬਾਹਲਾ ਆ ਗਿਆ। ਆਹ ਦੇਖੋ ਬੱਦਲ ਦੇਖੋ ਪਿੱਛੇ, ਮਿੱਤਰੋ ਗੱਡੀਆਂ ਕਰੀ ਜਾਂਦੇ ਅੰਦਰ, ਉਹ ਗੱਡੀ ਤਾਂ ਲੈ ਗਏ, ਹੁਣ ਆਪਣੀ ਲੈ ਕੇ ਚੱਲਦੇ ਹਾਂ। ਅਤੇ ਯਾਰ ਗੱਡੀ ਤਾਂ ਕਰ ਲਈ ਸਟਾਰਟ, ਉਹ ਗੱਡੀ ਅੰਦਰ ਲਾ ਤੀ, ਆਪਣੀ ਗੱਡੀ ਲਾਉਣੀ ਅੰਦਰ। ਅਤੇ ਮਿੱਤਰੋ ਇੱਧਰ ਆਹ ਗੱਡੀ ਲਾ ਤੀ ਮੂਹਰੇ, ਹੁਣ ਪਿੱਛੇ ਕਰਾਉਣੇ ਇਹਨੂੰ, ਆਹ ਗੱਡੀ ਲਾ ਤੀ ਸੀਗੀ, ਅਤੇ ਕਰਦੇ ਹਾਂ ਫਿਰ ਆਪਾਂ ਉਹ ਉੱਥੇ ਲਾਉਣੀ ਆ ਕਮਰੇ 'ਚ। ਮਿੱਤਰੋ ਪੱਲਾ ਡਿੱਗ ਪਿਆ ਉੱਤੇ, ਅਤੇ ਕੁਛ ਦਿਨ ਹੈ ਨੀਗਾ, ਹੋ ਗਿਆ ਪਾਸੇ। ਛੱਡੀ ਕਿਹਨੇ ਲਾਇਆ, ਫਿਰ ਬੜ ਜਾਂਦਾ ਤਾਂ ਬੜ ਜਾਂਦਾ, ਭੈਣ ਉਹਨੂੰ ਝੂੜਾ ਲੈਂਦਾ ਹੁੰਦਾ ਉਹ। ਮਿੱਤਰੋ ਗੱਡੀ ਦਾ ਪੱਲਾ ਤੀ ਅੰਦਰ, ਅਤੇ ਹੁਣ ਤਾਂ ਉਹ ਗੱਡੀ ਬਾਹਰ। ਅਤੇ ਯਾਰ ਰੱਬ ਫੇਰ ਬੱਦਲ ਜੇ ਦਿਖਾਉਣ ਲੱਗ ਗਿਆ ਜਾਂ ਹਨੇਰੀ, ਅਤੇ ਰੱਬਾ ਕਿਉਂ ਬੱਦਲ ਦਿਖਾਈ ਜਾਂਦਾ, ਮੀਂਹ ਮੂੰਹ ਵੀ ਪਾ ਦੇ, ਘੇਰਾਂ ਲੱਗ ਗਿਆ ਕਣਕਾਂ ਸੱਟਣ। ਹੁਣ ਰੱਬ ਕਹਿੰਦਾ ਹੁਣ ਫੇਰ ਨਹੀਂ ਪਾਉਂਦਾ ਮੈਂ, ਪਾ ਦੇ ਕਹਿੰਦਾ ਰੱਬਾ ਸਾਡਾ ਤੇਰਾ ਵੀ ਭਲਾ ਹੋਜੂਗਾ, ਸਾਡਾ ਵੀ ਹੋਜੂ, ਤੇਰਾ ਹੋਊਗਾ ਵੀ ਹੁਣ ਅੱਗੇ ਬਸ, ਤੇਰਾ ਤਾਂ ਮੀਂਹ ਪਾ ਦੇ ਤੂੰ ਤਾਂ, ਅਤੇ ਸਾਡਾ ਤਾਂ ਹੋ ਹੀ ਜਾਣਾ, ਕਿਉਂ ਸਾਡੇ ਫਸਲ ਨੂੰ ਲੱਗ ਜੂ ਪਾਣੀ, ਉਹ ਅਸੀਂ ਭਾਲ ਦੀ ਹੈਗੇ। ਅਤੇ ਯਾਰ ਜੇ ਮੀਂਹ ਆ ਗਿਆ ਕੀ ਕਰਨਾ ਆਪਾਂ, ਮਿੱਤਰੋ ਟਰੈਡ ਬੈਂਕ ਕੋਈ ਜਾਂਦਾ ਉੱਧਰ, ਇੱਕ ਵਾਰੀ ਖੜਾ ਕਰਦੇ ਯਾਰ ਉਹਨੂੰ, ਕਦੇ ਹੋ ਗਿਆ ਸੀਗਾ, ਹੋ ਗਿਆ ਸੀਗਾ, ਅੱਛਾ ਗੇ ਚੱਲ ਹੁਣ ਨਹੀਂ ਹੁੰਦਾ ਫਿਰ। ਅਤੇ ਦੇਖੋ ਯਾਰ ਮੀਂਹ, ਅਤੇ ਇਹਨਾਂ ਦਾ ਘਰ ਉਹ ਸੀਗਾ, ਉਹ ਉੱਥੇ ਇਹਨਾਂ ਦਾ ਘਰ, ਮੀਂਹ ਸੈੱਟ ਆ ਕੰਮ, ਅਤੇ ਮੀਂਹ ਯਾਰ ਰੱਬਾ ਬੱਦਲ ਦਿਖਾਈ ਜਾਂਦਾ, ਪਹਿਲਾਂ ਪਾਉਣ ਲੱਗ ਗਿਆ ਸੀਗਾ ਨਾ, ਹੁਣ ਫੇਰ ਅੜ ਗਿਆ, ਉਹੀ ਕੰਮ ਹੈ। ਅਤੇ ਲਓ ਯਾਰ ਫੇਰ ਪੈਣ ਲੱਗ ਗਿਆ, ਮਾੜਾ ਮੀਂਹ 'ਚ ਖੜਕੇ ਦਿਖਾਈ, ਮੀਂਹ 'ਚ ਖੜਕੇ ਦਿਖਾਈ, ਛੇ ਗੱਲ ਨਾ ਇਧਰ, ਚੱਲ ਕੋਈ ਨਾ ਦੱਤਾ ਇੱਧਰ ਆਇਆ, ਹੁਣ ਕਰਕੇ ਦਿਖਾ, ਚੱਲ ਸਾਰਾ ਗੱਲਬਾਤ ਹੈ, ਮੈਂ ਤੈਨੂੰ ਭਿਆਉਣਾ ਹੈਗਾ। ਆਹ ਦੇਖੋ ਮਿੱਤਰੋ ਪਈ ਜਾਂਦਾ ਹੈਗਾ, ਨਹੀਂ ਯਾਰ ਉਹ ਇੱਥੇ ਆਏ ਕਰ, ਮੇਰੀ ਸਕੀਮ ਦੇਖ, ਆਹ ਦੇਖੋ ਆਹ ਥਾਂ 'ਚ ਡਿੱਗਣੀਆਂ ਕਣਕਾਂ, ਇਹ ਆਹ ਦੇਖੋ ਡਿੱਗੀ ਜਾਂਦੀਆਂ। ਅਤੇ ਚਲੋ ਯਾਰ ਹੁਣ ਫਿਰ ਤੁਹਾਨੂੰ ਆਪਾਂ ਜਦੋਂ ਫਿਰ ਚੱਲ ਕੋਈ ਨਾ, ਮੀਂਹ ਤਾਂ ਵਧੀਆ ਪੈ ਜਾਣ ਦੇ, ਅਤੇ ਜਦੋਂ ਪੈ ਗਿਆ ਮੀਂਹ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਅਤੇ ਹੁਣ ਜੇ ਤਾਂ ਪੈ ਗਿਆ ਮੀਂਹ ਪੂਰਾ ਫੁੱਲ, ਫਿਰ ਤਾਂ ਆਪਾਂ ਸਾਈਕਲਾਂ 'ਤੇ ਰਾਈਡ ਹੀ ਕਰਨੀ ਹੈ ਨਾ, ਓਏ ਮੀਂਹ ਪੈ ਗਿਆ ਸਾਈਕਲਾਂ 'ਤੇ ਜਮਾਂ, ਅਤੇ ਫਿਰ ਤਾਂ ਆਪਾਂ ਸਾਈਕਲਾਂ 'ਤੇ ਜਾਣਾ, ਅਤੇ ਜੇ ਕਣਕਾਂ ਡਿੱਗੀ ਗਈਆਂ ਫਿਰ ਤੁਹਾਨੂੰ ਬਾਅਦ 'ਚੋਂ ਮਿਲਦੇ ਹਾਂ, ਮੈਂ ਮੋਬਾਈਲ ਧਰ ਕੇ ਆਉਣਾ ਘਰੇ ਕਰਾਂ, ਜੇ ਮੀਂਹ ਵਾਹਵਾ ਪੈ ਗਿਆ ਫਿਰ ਆਪਾਂ ਵੀਡੀਓ ਬਣਾਉਣੀ ਹੈ, ਠੀਕ ਹੈ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ, ਸਬਸਕ੍ਰਾਈਬ ਕਰ ਦਿਉ ਅਤੇ ਲਾਈਕ ਕਰ ਦਿਉ, ਅਤੇ ਮੇਰੀ ਯਾਰ ਇੰਸਟਾਗ੍ਰਾਮ ਆਈ ਡੀ ਕਰ ਲਓ ਫੋਲੋ, ਲਖਵਿੰਦਰ ਗਿੱਲ 000, ਅਤੇ ਪੈ ਜਾਣ ਦਿਉ ਮੀਂਹ, ਕਣਕਾਂ ਡਿੱਗੀਆਂ ਨੇ, ਪਹਿਲਾਂ ਨਾਲੋਂ ਤੇਜ਼ ਹੋ ਗਿਆ, ਪਹਿਲਾਂ ਨਾਲੋਂ ਤੇਜ਼ ਹੋ ਗਿਆ, ਪਹਿਲਾਂ ਨਾਲ ਤਾਂ ਮੁੰਡਾ ਤੇਜ਼ ਹੋ ਗਿਆ, ਉਹ ਤਾਂ ਕਹਿੰਦਾ ਚਲੋ ਵਧੀਆ ਹੈਗਾ ਯਾਰ। ਅਤੇ ਆਪਣਾ ਟਰੈਡ ਖੜਾ ਹੈਗਾ ਇੱਧਰ, ਖੜਾ ਆਪਣਾ ਟਰੈਡ, ਅਤੇ ਪਿੱਛੇ ਗੱਡੀ ਖੜੀ ਹੈ, ਅਤੇ ਚਲੋ ਪੈ ਗਿਆ ਤਾਂ ਜੇ ਫਿਰ ਆਪਾਂ ਜਾਣਾ ਖੇਤ ਵੀ ਟਰੈਡ ਦੇ ਨੇ ਤਾਂ ਹਰਾ ਵੱਢ ਲਵਾਂਗੇ, ਜਾਣਾ ਆਪਾਂ ਬਣਾ ਲਵਾਂਗੇ ਦੋ ਤਿੰਨ ਸ਼ਾਰਟ ਵੀਡੀਓ, ਅਤੇ ਚਲੋ ਯਾਰ ਫਿਰ। ਅਤੇ ਬਣਾ ਜੇ ਹੁਣ ਮੀਂਹ ਪੈ ਗਿਆ ਤਾਂ ਵਾਹਵਾ, ਫਿਰ ਆਪਾਂ ਚੱਲਣਾ ਸਾਈਕਲਾਂ 'ਤੇ, ਅਤੇ ਹੁਣ ਮੈਂ ਕਿਹਾ ਮੋਬਾਇਲ ਲਾ ਦਾ ਚਾਰਜ 30% ਰਹਿ ਗਿਆ, ਜਦੋਂ ਮੀਂਹ ਪੈ ਗਿਆ ਫਿਰ ਉਹਦੀ ਮਿਲਾਂਗੇ, ਜੇ ਮੀਂਹ ਬਾਹਲਾ ਪੈ ਗਿਆ ਫਿਰ ਆਪਾਂ ਸਾਈਕਲਾਂ 'ਤੇ ਝੂਟੇ ਲਵਾਂਗੇ। ਅਤੇ ਮਿੱਤਰੋ ਨੈਕਸਟ ਡੇ, ਅਤੇ ਯਾਰ ਹੁਣ ਮੈਂ ਕਰੀ ਜਾਂਦਾ ਸਕੂਲ ਦਾ ਕੰਮ, ਆਹ ਦੇਖੋ ਯਾਰ ਮੈਂ ਕਰੀ ਜਾਂਦਾ ਸਕੂਲ ਦਾ ਕੰਮ, ਆ ਮੁੰਡੇ ਦੀ ਕਾਪੀ ਵਟ ਕੇ ਜਾਂਦੀ ਸਕੂਲੋਂ, ਆਹ ਮੈਂ ਕਰੀ ਜਾਂਦਾ ਮੈਥ ਦਾ, ਅਸੀਂ ਪਿੰਨ, ਅਤੇ ਚਲੋ ਕੰਮ ਕਰਦੇ ਹਾਂ ਫਿਰ ਤੁਹਾਨੂੰ ਮਿਲਦੇ ਹਾਂ। ਅਤੇ ਫਿਰ ਮੇਰੇ ਆੜੀ ਬੁਲਾ ਕੇ ਲਿਆਉਣੇ ਹੈਗੇ, ਅਤੇ ਉਹ ਖੜਾ ਆਪਣਾ ਚੋਟਾ, ਉਹਨੂੰ ਬੁਲਾ ਕੇ ਲਿਆਉਣੇ,
ਕੱਲ ਮੀਂਹ ਤਾਂ ਇੰਨਾ ਤਾਂ ਹੈ ਨਹੀਂ ਸੀਗਾ, ਥੋੜ੍ਹਾ ਜਿਹਾ ਸੀਗਾ, ਅੱਜ ਵੀ ਹੋਇਆ ਗਏ ਆ ਬੱਦਲ ਤਾਂ ਦੇਖੋ ਵੈਦਰ ਪੂਰਾ ਸਰਾ ਹੋਇਆ ਪਿਆ ਯਾਰ। ਅਤੇ ਚਲੋ ਪੈ ਜੇ ਮੀਂਹ ਤਾਂ ਠੀਕ ਹੈ, ਨਹੀਂ ਫਿਰ ਆਪਾਂ ਚੱਲਾਂਗੇ ਖੇਤ ਸੀਲਰ ਲਾਉਣ, ਚੱਕਰ ਕਰਦੇ ਹਾਂ ਕੰਮ ਸਕੂਲ ਦਾ, ਫਿਰ ਤੁਹਾਨੂੰ ਦੱਸਦੇ ਹਾਂ ਕੋਈ ਗੱਲਬਾਤ। ਅਤੇ ਯਾਰ ਆਪਾਂ ਕਰ ਲਿਆ ਸੀਗਾ ਕੰਮ ਤਾਂ ਕਰ ਲਿਆ ਸੀਗਾ, ਕਾਪੀਆਂ ਬੈਗ 'ਚ ਪਾਤੀਆਂ, ਹਾਂ ਮੁੰਡੇ ਦਾ ਬੈਗ ਪਿਆ। ਅਤੇ ਯਾਰ ਹੁਣ ਥੋੜ੍ਹਾ ਜਿਹਾ ਟੈਸਟ ਹੈ, ਟੈਸਟ ਯਾਦ ਕਰਕੇ ਅਤੇ ਫਿਰ ਆਪਾਂ ਚੱਲਦੇ ਹਾਂ ਬਾਹਰ, ਅਤੇ ਉਹਨੂੰ ਕਰਦੇ ਹਾਂ ਫੋਨ, ਉਹ ਆਊਗਾ। ਅਤੇ ਹੁਣ ਤਾਂ ਕੱਢ ਲਈ ਧੁੱਪ, ਮੀਂਹ ਮੂੰਹ ਤਾਂ ਪੈਂਦਾ ਨਹੀਂ ਗਾ, ਫਿਰ ਆਪਾਂ ਰੋਟੀ ਖਾ ਕੇ ਚੱਲਦੇ ਹਾਂ ਖੇਤ। ਅਤੇ ਟਰੈਕਟਰ ਆਪਣਾ ਖੜਾ ਹੈਗਾ ਪਿੱਛੇ, ਦੀਦਾ ਨਹੀਂ ਹੋਣਾ ਯਾਰ ਉਹ ਖੜਾ। ਚਲੋ ਕੋਈ ਨਾ, ਮੈਂ ਕਰਦਾ ਟੈਸਟ ਯਾਦ ਕਰਾਂ। 6 ਕੁਸ਼ਚਨ ਹੈ, 2 ਕਰ ਲੈਂਦੇ ਹਾਂ, 2 ਹੱਥ ਨਹੀਂ। ਅਤੇ ਯਾਰ ਆਪਾਂ ਕੱਢਦੇ ਹਾਂ ਹੁਣ ਗੱਡੀ ਬਾਹਰ, ਗੱਡੀ ਲਾਉਣੀ ਆਪਾਂ ਉੱਧਰ ਕੱਟ ਕੇ, ਅਤੇ ਆਹ ਗੱਡੀ ਆਪਣੀ ਗੱਡੀ, ਅਤੇ ਆਪਾਂ ਜਾਣਾ ਹੈ ਕਿਤੇ ਬਾਹਰ ਜਾਣਾ ਹੈਗਾ, ਫਿਰ ਦੱਸਾਂਗੇ ਤੁਹਾਨੂੰ ਕੋਈ ਨਾ। ਅਤੇ ਚਲੋ ਪਹਿਲਾਂ ਆਪਾਂ ਗੱਡੀ ਬਾਹਰ ਕੱਢ ਲਈਏ, ਕੌਣ ਆ ਗਿਆ, ਚਲ ਦੇਖਦੇ ਹਾਂ ਕੌਣ ਆ ਗਿਆ ਯਾਰ। ਅਤੇ ਮਿੱਤਰੋ ਆਪਾਂ ਖੜ੍ਹੇ ਹੈਗੇ ਇੱਥੇ, ਆਪਣੀ ਗੱਡੀ ਆਹ ਖੜ੍ਹੀ ਹੈ, ਬੰਦੇ ਉਡੀਕਦੇ ਹੈ ਯਾਰ। 2 ਮੋਟਰਸਾਈਕਲ 'ਤੇ ਆਉਂਦੇ ਸੀਗੇ ਮੇਰੇ ਮਾਮੇ ਭੂਆ ਵਰਗੇ, ਉਹ ਪਤਾ ਨਹੀਂ ਮੂਹਰੇ ਟੱਪ ਕੇ ਪਤਾ ਨਹੀਂ ਪਿੱਛੇ ਫੋਨ ਕਰਦੇ ਉਹਨਾਂ ਨੂੰ। ਦੇਖੋ ਮਿੱਤਰੋ ਇੱਥੇ ਖੜ੍ਹੇ ਹਾਂ ਆਪਾਂ, ਚਲੋ ਫਿਰ ਮਿੱਤਰੋ ਆ ਗਏ ਘਰੇ। ਅਤੇ ਆਪਾਂ ਚਾਹ ਆਏ ਸੀਗੇ ਬਾਹਰ ਕਿਸੇ ਕੰਮ ਦੇ, ਗੱਡੀ ਖੜ੍ਹੀ ਆਪਣੀ ਉਹ ਖੜ੍ਹੀ। ਅਤੇ ਯਾਰ ਦੇਖਦੇ ਹਾਂ ਟਰੈਡ ਲੈ ਕੇ ਚੱਲਦੇ ਹਾਂ ਹੁਣ ਆਪਾਂ। ਅਤੇ ਉਹ ਟਰੈਡ ਕਿਉਂ ਲੈ ਕੇ ਜਾਂਦੇ ਹਾਂ, ਵੀ ਟਰੈਡ ਆਪਣਾ ਸੀਗਾ ਜਿਹੜਾ, ਜਿਹਦੇ ਆਪਾਂ ਕਲਾਸ ਨਹੀਂ ਚਲਾਉਂਦੇ ਹੁੰਦੇ, ਕੀ ਕਹਿੰਦੇ ਉਹਨੂੰ ਪਤਾ ਹੀ ਨਹੀਂ ਯਾਰ ਕੀ ਕਹਿੰਦੇ ਆ, ਉਹਦੀ ਨਾ ਉਹ ਭੁਗਤਾ ਨਹੀਂ, ਉਹਨੂੰ ਸਾਰਾ ਵਿੱਚੋਂ ਖੋਲ੍ਹਣਾ ਪਊਗਾ, ਖੜਾ ਕੇ ਆਉਣਾ ਪਊਗਾ 2-3 ਦਿਨ ਨਾ। ਅਤੇ ਟਰੈਡ ਲੈ ਕੇ ਚੱਲਦੇ ਹਾਂ, ਪਹਿਲਾਂ ਬਿੰਨੇ ਚਾਹ ਚੂਹ ਪੀਂਦੇ ਹੈਗੇ, ਫਿਰ ਆਪਾਂ ਚੱਲਦੇ ਹਾਂ ਟਰੈਡ ਲੈ ਕੇ, ਅਤੇ ਫਿਰ ਤੁਹਾਨੂੰ ਉੱਥੇ ਮਿਲਾਂਗੇ ਕੌਰਿਆਂ ਨੇ ਜਾ ਕੇ। ਲਓ ਬਈ ਮੁੰਡੇ ਇਹਦੇ ਸਾਈਕਲ ਦੇ ਨਾਲ ਲਾਉਣਾ ਆਪਾਂ ਸਾਈਕਲ ਆਪਦਾ, ਹੈਂ। ਅਤੇ ਮੁੰਡੇ ਆਪਾਂ ਇਹਨੂੰ ਦਿੰਦੇ ਹਾਂ ਡੇਰ ਇਹ ਆ ਮੁੰਡਿਆ, ਵੀ ਤੈਨੂੰ ਆਪਣੇ ਜਿਹੜੇ ਬਾਹਰ ਅਮਰੂਦ ਹੈ, 2 ਅਮਰੂਦ ਤੋੜ ਕੇ ਲਿਆਉਣੇ ਪੈਣਗੇ, ਹੈਂ, ਲਏਗਾ ਪੱਕਾ। ਰਿਐਕਸ਼ਨ ਵਿਆਹ ਰਿਐਕਸ਼ਨ, ਅਤੇ ਆਹ ਜਾਂਦਾ ਹੈਗਾ ਇਹਨੇ, ਉਹ ਉੱਥੇ ਜਾਣਾ ਆਹ ਅਮਰੂਦਾਂ ਕੋਲ, ਇੱਥੇ ਜਾਣਾ ਇਹਨੇ ਆਹ ਥਾਂ 'ਚ ਜਾ ਮਿੱਤਰਾ। ਹੁਣ ਖੜਾ ਹੈਗਾ ਤੂੰ, ਮੈਂ ਉਹ ਗਿਆ ਮੁੰਡੇ ਕਾਲੇ, 2 ਹੈ ਮਿੱਤਰਾ, 2 ਲਿਆਉਣੇ ਹੈ, 2 ਏ ਏ ਉਹ ਆ ਗਿਆ, 2 ਲਿਆਈ ਉਹ, 2 ਲਿਆ 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 ਲਿਆਇਆ ਲਿਆਇਆ ਓਏ, ਦਿਖਾ ਦਿਖਾ ਆਡੀਅੰਸ ਨੂੰ ਦਿਖਾ ਸਰਾ ਉਹ। ਅਤੇ ਮਿੱਤਰੋ ਇਹਨੇ ਅਮਰੂਦ ਲਿਆਂਦੇ, ਉਹ ਵੀ ਕੱਚੇ, ਕੀ ਕਰੂ ਯਾਰ ਬੰਦਾ ਕੋਈ, ਆਹ ਤੇਰਾ ਪੱਕਾ ਮੇਰਾ ਤਾਂ ਕੱਚੀ ਹੈ, ਸੱਟਣਾ ਪਊਗਾ, ਕਰ ਦੇ ਕੇ ਲੈਣ ਕਿਸੇ ਪਾਸੋਂ ਪੱਕਾ ਹੈਗਾ ਤਾਂ ਦੇਖ ਲੈਂਦੇ ਹਾਂ ਖਾਣਾ, ਬਸ ਚੱਲ ਵੇਖ ਲਈ ਮੈਂ ਆਹ ਧਰਤਾ ਮੁੰਡੇ, ਉਹ ਪਿਆ ਇਹ ਉਹ ਪਿਆ ਮੁੰਡੇ ਆਹ ਪਿਆ, ਦੇਖੋ ਤੁਸੀਂ ਫਿਰ ਆਹ ਧਰਤਾ ਮੰਨਦੇ ਹੋ। ਅਤੇ ਅਸੀਂ ਲਈ ਜਾਂਦੇ ਸੀਗੇ ਪੰਗੇ, ਪੰਗੇ ਲਈ ਜਾਂਦੇ ਸੀਗੇ ਸਾਈਕਲ ਨਾਲ, ਸਾਈਕਲ ਨਾਲ ਅਸੀਂ ਯਾਰ ਪਿੱਛੇ ਡੰਡਾ ਡਾਕ ਕੇ ਤੁਹਾਨੂੰ ਦਿਖਾਉਣੇ, ਹਟ ਜਾਓ ਇੱਥੇ ਡੰਡਾ ਡਾਕ ਕੇ ਨਾ ਅਸੀਂ ਇੱਥੇ, ਆਹ ਦੇਖੋ ਆਹ ਵਿੰਗੀ ਕਰਤੀ, ਕਾਹ ਵਿੰਗੀ ਕਰਤੀ, ਕਾਹ ਕਰਤੀ, ਅਤੇ ਆਹ ਸਾਈਕਲ 'ਤੇ ਬਹਿੰਦਾ ਸੀਗਾ, ਅਤੇ ਮੈਂ ਪਿੱਛੋਂ ਐਂ ਡੰਡੇ ਨਾਲ ਇੱਥੋਂ ਸੀ ਸੀਗਾ, ਉਹ ਉੱਥੋਂ ਲੈ ਕੇ ਡੰਡਾ, ਅਤੇ ਮੈਂ ਉਹਨੂੰ ਐਂ ਡੰਡੇ ਨਾਲ ਦਾਬ ਦੇ ਦਿੰਦਾ ਸੀਗਾ, ਸਾਈਕਲ ਖੜ੍ਹਾ ਹੋ ਜਾਂਦਾ ਸੀਗਾ, ਉਹ ਤੁਹਾਨੂੰ ਦਿਖਾਇਆ ਨੀਗਾ। ਅਤੇ ਮਿੱਤਰੋ ਜਾਂਦੇ ਹਾਂ ਆਪਾਂ ਖੇਤ, ਇੱਧਰ ਆਹ ਜਾਂਦਾ ਕੋਈ ਨਾ, ਅਤੇ ਖੇਤ ਜਾਂਦੇ ਯਾਰ ਹਰਾ ਵੱਢਣ ਜਾਂਦੇ ਹੈਗੇ, ਤੁਹਾਨੂੰ ਫਿਰ ਖੇਤ ਹੀ ਮਿਲਦੇ ਆ ਚਲੋ ਚੱਲ ਕੇ। ਅਤੇ ਮਿੱਤਰੋ ਆਪਾਂ ਹਰਾ ਤਾਂ ਵੱਢ ਲਿਆਉਂਦਾ, ਆਹ ਪਿਆ ਪਿੱਛੇ ਉੱਧਰੋਂ ਵੱਢ ਕੇ ਲਿਆਉਂਦਾ, ਉਹ ਖੇਤੋਂ ਖੜ ਜਾਓ ਯਾਰ ਖੜ ਜਾਓ ਤੂੰ, ਇਹ ਆਹ ਦੇਖੋ ਇੱਥੋਂ ਵੜ ਕੇ ਲਿਆਂਦਾ ਆਪਾਂ ਹਰਾ, ਇੱਥੋਂ ਇੱਥੋਂ ਆਏ ਹੈਗੇ, ਅਤੇ ਹੁਣ ਆਹ ਕਹਿੰਦਾ ਮੇਰੇ ਦਾਦੇ ਕੋਲ ਪਾਣੀ ਪੀ, ਅੱਗੇ ਪਾਣੀ ਪੀਂਦੇ ਹਾਂ, ਆਹ ਖੜਾ ਆਪਣਾ ਝੋਟਾ, ਇਹਨੂੰ ਕਰਨਾ ਮੋਡੀਫਾਈ, ਦੇਖੋ ਸਪੋਰਟ ਮੁੰਡਿਓ, ਅਤੇ ਇੱਥੇ ਖੜਾ ਖੜੀ ਚੇਂਜ ਨਹੀਂ ਹੁੰਦਾ ਇਹ ਐਂ ਵੀਡੀਓ ਬਣਾਏ ਤਾਂ ਨਹੀਂ ਮੁੰਡੇ ਚੇਂਜ ਹੁੰਦਾ। ਫੋਲੋ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ, ਲਾਈਕ ਸੋਰੀ ਸਬਸਕ੍ਰਾਈਬਰਸ ਵਧਵਾ ਦਿਓ ਆਪਣੇ ਵੀ, ਅਤੇ ਹੋਰ ਚੱਲਦੇ ਹਾਂ ਫਿਰ ਪਾਣੀ ਪੀਣਾ, ਅਤੇ ਫਿਰ ਤੁਹਾਨੂੰ ਯਾਰ ਘਰੇ ਚੱਲ ਕੇ ਮਿਲਦੇ ਹਾਂ, ਹਰਾ ਆਪਾਂ ਵੱਢ ਲਿਆ ਸੀਗਾ, ਅਤੇ ਝੋਟਾ ਆਪਾਂ ਕਰਨਾ ਮੋਡੀਫਾਈ, ਸਪੋਰਟ ਦਿਓ ਬਈ ਬਣ ਕੇ, ਸਪੋਰਟ ਪਲੀਜ਼ ਯਾਰ।
ਹੈ ਤੁਹਾਡਾ ਕਿਹਦਾ ਇੱਥੇ ਨਹੀਂ ਹੈ ਉਹ ਮਜ਼ਾਕ ਕਰਿਆ ਯਾਰ ਤੇ ਯਾਰ ਕਿਵੇਂ ਨਰਮਾ ਦਿਖਾ ਦੇਗੀ ਲਓ ਯਾਰ ਨਰਮਾ ਦੇਖ ਲਓ ਇਹਨਾਂ ਦਾ ਹੁਣ ਕੀ ਕਰਨਾ ਚਾਹੁੰਦਾ ਓਏ ਛੱਡ ਤੇ ਅਸੀਂ ਮੁੰਡੇ ਛੱਲੀਆਂ ਦੇਖਦੇ ਹਾਂ ਖਾਂਦੇ ਹਾਂ ਮਰਵਾਵਾਂ ਕੱਖ ਤੇਰੇ ਨਾਲ ਹੁਣੀ ਕਿੱਥੇ ਆ ਕੱਚੀਆਂ ਇਹ ਉਹ ਸੀ ਓਏ ਓਏ ਨਹੀਂ ਗੀ ਕੱਚੀ ਆ ਉਹ ਕਮਲੀ ਆ ਜਮਾਂ ਸਿਰ ਦਿਖਾ ਓਏ ਹਟ ਜਾ ਇਹਦੀ ਨਾ ਨਹੀਂ ਗਾ ਹੁਣ ਦਿਖਾ ਬਸ ਕਿਉਂ ਉਹਨੂੰ ਨੰਗਾ ਆਹਾ ਸਰੀ ਮੰਦਰ ਹੈਗਾ ਤੇ ਮੁੰਡੇ ਇੱਧਰ ਸਾਡੇ ਲੱਛਣ ਦੇਖੋ ਸਾਰਾ ਬੂਝੇ ਹੀ ਪੜਤਾ ਉਧਰ ਉਹ ਚੱਕੀ ਜਾਂਦਾ ਕੀ ਕਰਦਾ ਓਏ ਬੂਝੇ ਹੀ ਵੱਟੀ ਲਓ ਵੀ ਮੜਿਓ ਕਿਹੜੀ ਤੇ ਉਹ ਮੱਕੀ ਹੈ ਉਹ ਤਾਂ ਬਾਜ ਰਹਾ ਹੈ ਤੇ ਹਾਂ ਉੱਥੇ ਪਿੱਛੇ ਹੈਗੀ ਆ ਜਾ ਤੂੰ ਮੈਂ ਆਪੇ ਦੱਸਦਾ ਤੇ ਮੁੰਡੇ ਉਹ ਆਪਣਾ ਝੋਟਾ ਕਿੱਥੇ ਖੜਾ ਹੋਈ ਕਿੱਥੇ ਖੜਾ ਗਲੂ ਹੋਈ ਕਿੱਧਰ ਆ ਖੜਾ ਇੱਥੇ ਘਰੇ ਜਾ ਕੇ ਮਿਲਾਂਗੇ ਯਾਰ ਹੁਣ ਤਾਂ ਫਿਰ ਤੇ ਚਲੋ ਚੱਲਦੇ ਆ ਘਰੇ ਤੇ ਮੁੰਡੇ ਘਰੇ ਤਾਂ ਆ ਗਏ ਆ ਗਿਆ ਤੇ ਮੋਬਾਈਲ ਚਾਰਜ ਤੇ ਲਾਉਣੇ ਆ ਯਾਰ ਹੁਣ ਚਾਰਜ ਕਰਕੇ ਫਿਰ ਮਿਲਦੇ ਤੇ ਮੁੰਡਾ ਆਪਾਂ ਇਹਨੂੰ ਡੇਰ ਦਿੰਦੇ ਹਾਂ ਇੱਕ ਹੋਰ ਤੁਸੀਂ ਕਹੋਗੇ ਯਾਰ ਡੇਰ ਹੀ ਦੇਈ ਜਾਂਦੇ ਉਰੇ ਆਓ ਇੱਧਰ ਜਿਹੜਾ ਮਤਲਬ ਇਹ ਜਹਾ ਪਾਣੀ ਮਿਲਦਾ ਨਾ ਇਹ ਇੱਕ ਤਾਂ ਨਿੰਬੂ ਆ ਮਿਰਚਾਂ ਨੂਣ ਹੈ ਤੇ ਛੱਲੀ ਅਸੀਂ ਖਾਧੀ ਸੀ ਉਹਦਾ ਜਿਹੜਾ ਪਾਣੀ ਹੈ ਇਹਨੂੰ ਪੀ ਕੇ ਦਿਖਾਇਆ ਤੂੰ ਲੈ ਪੀ ਚੱਲ ਨਾ ਸਾਰਾ ਇਕੱਠਾ ਪੀਣਾ ਭਾਵੇਂ ਹੌਲੀ ਪੀਣੀ ਚੱਲ ਇੱਥੇ ਗੱਲ ਦਿਖਾਈ ਦਿਖਾਈ ਪਲੇਟ ਦਿਖਾਈ ਤਾਂ ਚੱਟੀ ਜਾਂਦਾ ਹੈ ਤੇ ਕੱਲ ਨੂੰ ਯਾਰ ਮੇਰੇ ਸਾਹ ਚ ਜੇ ਤੁਹਾਨੂੰ ਅੰਦਾਜ਼ਾ ਦਿੱਗੇ ਕੱਲ ਨੂੰ ਕਦਾ ਚੱਲ ਜਾਊਗਾ ਮੁੰਡਿਆ ਗੋਲ ਗੱਪਾਂ ਦਾ ਚੱਲ ਜਾਊਗਾ ਮੁੰਡਿਆ ਤੇ ਕੱਲ ਨੂੰ ਸਾਰੇ ਦੇਖਿਓ ਗੋਲ ਗੱਪਾਂ ਦਾ ਚੈਲੰਜ ਕਰਾਂਗੇ ਤਿੰਨ ਅਸੀਂ ਹੋਵਾਂਗੇ ਤਿੰਨ ਜਾਂ ਦੋ ਹੋਵਾਂਗੇ ਤੇ ਜਿਹੜਾ ਜਿੱਤਿਆ 100 ਰੁਪਇਆ ਤੇ ਲਿਆਵਾਂਗੇ ਗੋਲ ਗੱਪੇ 100 ਗੋਲ ਗੱਪੇ ਲਿਆਵਾਂਗੇ ਤੇ ਫਿਰ ਕਰਾਂਗੇ